ਅਦਿੱਤਿ L1 ਨਾਮ ਦਿੱਤਾ ਗਿਆ ਸੋਲਰ ਮਿਸ਼ਨ ਦਾ ਅਦਿੱਤਿ ਨਾਮ ਕਿੱਥੋਂ ਆਇਆ ਅਦਿੱਤਿ ਹੈ ਜੜਾ ਗਿਆ ਉਹ ਸੰਸਕ੍ਰਿਤ ਵਿੱਚ ਸੂਰੇ ਦਾ ਨਾਮ ਸੰਸਕ੍ਰਿਤ ਨੇਮ ਹੈ ਸੂਰਜ ਦਾ ਸੂਰੇ ਦਾ ਇਸ ਵਾਸਤੇ ਅਦਿੱਤਿ ਵੇ ਤੇ N1 ਉਹ स्लॉट ਸਪੌਟ ਆ ਗਿਆ ਜਿੱਥੇ ਇਹਨੇ ਆਪਣੇ ਆਪ ਨੂੰ ਪਾਰਕ ਕਰਨਾ ਇਸ ਵਕਤ ਤੇ 15 ਲੱਖ ਕਿਲੋਮੀਟਰ ਦੂਰ ਇਸ ਅਰਥ ਤੋਂ ਹੋਏਗਾ ਪਰ ਉਹ ਸਿਰਫ 1% ਆਫ ਦਾ ਟੋਟਲ ਡਿਸਟੈਂਸ ਹੈ ਬਿਟਵੀਨ ਅਰਥ ਐਂਡ ਸਨ ਅਸੀਂ ਸੁਣਿਆ ਕਿ ਜਿਹੜੀ ਆ ਜਿਹੜਾ ਮਿਸ਼ਨ ਗਿਆ ਸੋਲਰ ਮਿਸ਼ਨ ਇਹਨੇ ਆਲਰੇਡੀ ਪਿਕਚਰਸ ਵੀ ਔਨ ਦਾ ਵੇ ਟੂ ਸਨ ਪਿਕਚਰਸ ਭੇਜਣੀਆਂ ਸ਼ੁਰੂ ਕਰਤੀਆਂ ਅਰਥ ਤੇ ਬਿਲਕੁਲ ਜੀ ਬਿਲਕੁਲ ਉਹ ਜਿਹੜੇ ਕੈਮਰੇ ਉਹਦੇ ਚ 8 ਕੈਮਰੇ 8 ਮੋਡਿਊਲਸ ਹੈਗੇ ਠੀਕ ਹੈ ਉਹਨਾਂ ਨੇ ਅਲੱਗ-ਅਲੱਗ ਛੇ ਨੇ ਤੇ ਇਮੀਡੀਏਟਲੀ ਕੰਮ ਕਰਨਾ ਸ਼ੁਰੂ ਕਰਤਾ ਆਪਣੇ ਆਪਣੇ ਜਗ੍ਹਾ ਕੋਸਟ ਇਨਵੋਲਡ ਕਿੰਨੀ ਰਹੀ ਇਸਰੋ ਦੇ ਆ ਜਿਹੜਾ ਸੋਲਰ ਮਿਸ਼ਨ ਨਾਲ ਦੇਤੇ L1 ਕਿੰਨੀ ਕੋਸਟ ਰਹੀ ਆ ਦੇ ਜਿਹੜਾ ਸੋਲਰ ਮਿਸ਼ਨ NASA ਦਾ ਸੀ ਉਹਨੇ 1.8 ਬਿਲੀਅਨ ਡਾਲਰ ਦੇ ਕਰੀਬ ਉਹਨਾਂ ਦਾ ਖਰਚ ਹੋਇਆ ਸੀ NASA ਦਾ NASA ਦਾ ਇਸਰੋ ਦਾ ਰਿਮਾਰਕਬਲੀ 46 ਬਿਲੀਅਨ ਡਾਲਰ ਸੋ 46 ਮਿਲੀਅਨ ਵਰਸਸ 1.5 ਬਿਲੀਅਨ ਜਿਸ ਦੇਖੋ ਅਸੀਂ ਅਸੀਂ ਟੋਰਾਂਟੋ 'ਚ 3-4 ਮਕਾਨ ਲੈ ਲੈਂਦੇ ਹਾਂ 88 ਬਿਲੀਅਨ 'ਚ ਤੇ ਉਹਨੇ ਇਸਰੋ ਨੇ ਇੱਕ ਸੋਲਰ ਮਿਸ਼ਨ ਭੇਜਦਾ ਇਨੇ ਪੈਸੇ ਚ ਇਹ ਹੀ ਰਿਮਾਰਕੀਬਲ ਲਾਜਵਾਬ ਚੀਜ਼ ਹੈ ਜਿਹੜੀ ਇੰਡੀਅਨ ਇੰਟੈਲੈਕਚੁਅਲ ਨੇ ਕ੍ਰੀਏਟ ਕੀਤੀ ਹੈ ਹੈਟਸ ਆਫ ਟੂ ਦਾ ਜਿਹੜਾ ਮੈਸੇਜ ਇੰਡੀਆ ਦੇਣਾ ਚਾਹੁੰਦਾ ਹੈ ਗਲੋਬ ਨੂੰ ਜਾਂ ਵਰਲਡ ਨੂੰ ਜਾਂ ਬਾਕੀ ਡਿਵੈਲਪਡ ਕੰਟਰੀਜ਼ ਨੂੰ ਕਿ ਅਸੀਂ ਬਹੁਤ ਕਾਸਟ ਇਫੈਕਟਿਵ ਆ ਪਹਿਲੀ ਗੱਲ ਦੂਜੀ ਗੱਲ ਕਿ ਸਾਡੇ ਤੋਂ ਅੱਛਾ ਕੋਈ ਦੂਜਾ ਕਰ ਨਹੀਂ ਸਕਦਾ ਇਸਰੋ ਇੰਡੀਅਨ ਸਪੇਸ ਏਜੰਸੀ ਜਿਨ੍ਹਾਂ ਨੇ ਰੀਸੈਂਟਲੀ ਮੂਨ ਦੇ ਉੱਪਰ ਆਪਣਾ ਮਿਸ਼ਨ ਭੇਜਿਆ ਸੀਗਾ ਉਹਦੇ ਬਾਅਦ ਇੱਕ ਹੋਰ ਅਕੰਪਲਿਸ਼ਮੈਂਟ ਕੀਤੀ ਗਈ ਹੈ ਜਿਹੜਾ ਕਿ ਸੂਰਜ ਦੇ ਉੱਪਰ ਸੋਲਰ ਮਿਸ਼ਨ ਭੇਜਿਆ ਗਿਆ ਸੋ ਕੀ ਪਰਪਸ ਹੈ ਕਿ ਸੋਲਰ ਮਿਸ਼ਨ ਇੰਡੀਆ ਨੇ ਇਸਰੋ ਨੇ ਭੇਜਿਆ ਸਟੱਡੀ ਕਰਨ ਲਈ ਕਿਸ ਚੀਜ਼ ਦੀ ਸਟੱਡੀ ਕਰਨੀ ਹੈ ਸੂਰਜ ਤੇ ਕਿਉਂਕਿ ਨਾਟ ਵੀ ਕਿਹਾ ਜਾਂਦਾ ਸੂਰਜ ਇੱਕ ਅੱਗ ਦਾ ਗੋਲਾ ਹੈ ਜਿਹੜਾ ਵੀ ਇਹਦੇ ਆਸ-ਪਾਸ ਜਾਂਦਾ ਹੈ ਉਹ ਖਾਕ ਹੋ ਜਾਂਦਾ ਹੈ ਲੇਕਿਨ ਕੀ ਇਸ ਤੋਂ ਪਹਿਲੇ ਕਿਸੇ ਕੰਟਰੀ ਨੇ ਸੋਲਰ ਮਿਸ਼ਨ ਭੇਜੇ ਹੈ ਕਿਹੜੀ-ਕਿਹੜੀ ਉਹ ਕੰਟਰੀਜ਼ ਹੈ ਔਰ ਇਹਦਾ ਪਰਪਸ ਕੀ ਹੈ ਸੋਲਰ ਮਿਸ਼ਨ ਭੇਜੰਦਾ ਸਾਡੇ ਨਾਲ ਸਟੂਡੀਓ 'ਚ ਮੌਜੂਦ ਹੈ ਐਂਡੀ ਆਨੰਦ ਜਿਹੜੇ ਕਿ ਇੱਕ ਸਪੇਸ ਤੇ ਇੰਟਰਸਟ ਰੱਖਦੇ ਹੈ ਇਹਦੀ ਰਿਸਰਚ ਕਰਦੇ ਹੈ ਐਂਥੂਸੀਆਸਟ ਹੈ ਸਪੇਸ ਦੇ ਗੱਲਬਾਤ ਕਰਦੇ ਹੈ ਸੋਲਰ ਮਿਸ਼ਨ ਦੇ ਬਾਰੇ ਐਂਡੀ ਜੀ ਸਵਾਗਤ ਹੈ ਪ੍ਰਾਈਮੇਰੀ ਸ਼ੋਅ ਤੇ ਥੈਂਕ ਯੂ so much for having me ਆ ਸੋ ਸਵਾਲ ਹੋਈ ਹੈ Chandrayaan 3 Moon ਤੇ ਜਿਹੜਾ ਮਿਸ਼ਨ ਪਹੁੰਚ ਚੁੱਕਾ ਹੈ ਇੰਡੀਆ ਦਾ ਉਹ ਅੱਗੇ ਰੋਵਰ ਕਰ ਰਿਹਾ ਹੈ ਲੇਕਿਨ ਹੱਲੇ ਉਹ ਸਲੀਪਿੰਗ ਸਟੇਜ ਤੇ ਹੈ ਕਿਉਂਕਿ ਸਲੀਪਿੰਗ ਸਟੇਜ ਤੇ 21 ਸੈਪਟੈਂਬਰ ਨੂੰ ਉਹਨੂੰ ਦੁਬਾਰਾ ਐਕਟਿਵ ਕਰਨਾ ਤਾਂਕਿ ਉਹਦੀ ਬੈਟਰੀ ਜਿਹੜੀ ਹੈ ਸੇਵ ਕੀਤੀ ਜਾਏ ਔਰ ਹੁਣ ਸੋਲਰ ਮਿਸ਼ਨ ਤੇ ਗੱਲਬਾਤ ਕਰਾਂਗੇ ਸੋਲਰ ਮਿਸ਼ਨ ਕਿਉਂ ਕੀ ਲੋਡ ਪਈ ਸੋਲਰ ਮਿਸ਼ਨ ਭੇਜਦੀ ਸੋਲਰ ਮਿਸ਼ਨ ਤੇ ਤਾਂ ਕਾਫੀ ਟਾਈਮ ਤੋਂ ਕੰਮ ਚੱਲ ਰਿਹਾ ਸੀ ISRO ਆਪਣੇ ਆਪ ਵਿੱਚ ਇੱਕ ਬੜੀ ਵੱਡੀ ਸੰਸਥਾ ਹੈ ਉਹਨਾਂ ਦੇ ਕਾਫੀ ਅਲੱਗ-ਅਲੱਗ ਡਿਪਾਰਟਮੈਂਟਸ ਹਨ ਉਹ ਅਲੱਗ-ਅਲੱਗ ਕਿਸਮ ਦੀ ਰਿਸਰਚ ਕਰਦੇ ਆ ਜਿਹੜਾ ਸੰ ਦਾ ਮਿਸ਼ਨ ਨੇ ਉਹ ਸੋਲਰ ਮਿਸ਼ਨ ਜਿਹੜਾ ਹੈ ਉਹਦੇ ਤੇ ਵੀ ਕਾਫੀ ਟਾਈਮ ਤੋਂ ਕੰਮ ਚੱਲ ਰਿਹਾ ਸੀ ਅਗਰ ਬੈਕਗ੍ਰਾਉਂਡ ਹੀ ਚਾਹੀਏ ਤਾਂ ਅਗਰ ਦੇਖੀਏ ਤਾਂ ਉਹਨਾਂ ਨੂੰ ਕਾਫੀ ਟਾਈਮ ਨਾਲ ਉਹ ਇਸ ਤੇ ਲੱਗੇ ਸੀ ਨਾਸਾ ਦੇ ਨਾਲ ਵੀ ਪਰ ਜ਼ਰੂਰਤ ਹੀ ਸੀ ਕਿਉਂ ਪਈ ਉਹ ਇਫ ਦੈਟ ਇਜ਼ ਅ ਕੁਐਸਚਨ ਤੇ ਮੈਂ ਸਪਸ਼ਟ ਕਵਾਂਗਾ ਕਿ ਜਿਹੜਾ ਸਾਇੰਸ ਐਨਥੂਸੀਆਸਟ ਹੈ ਜਾਂ ਜਿਹੜੀ ਜਿਹੜੀ ਟੈਕਨੋਲੋਜੀ ਦੇ ਨਾਲ ਲੋਕ ਜੁੜਦੇ ਨੇ ਉਹ ਹਮੇਸ਼ਾ ਕੁਛ ਨਾ ਕੁਛ ਨਵਾਂ ਸੋਚ ਰਹੇ ਨੇ ਅੱਗੇ ਦੇਖ ਰਹੇ ਨੇ ਔਰ ਕਿਉਂਕਿ NASA ਲੀਡ ਕਰਦਾ ਪੂਰੇ ਗਲੋਬ ਨੂੰ ਵਰਲਡ ਨੂੰ ਤੇ ਨੇਚਰਲੀ ਉੱਥੋਂ ਤੁਹਾਨੂੰ ਲੀਡਸ ਮਿਲਦੀਆਂ ਨੇ ਕਿ ਤੁਹਾਨੂੰ ਨੈਕਸਟ ਕੀ ਕਰਨਾ ਹੈ ਉਹਨਾਂ ਦੇ ਸੋਲਰ ਇੱਕ ਸੋਲਰ ਸਿਸਟਮ ਵਿੱਚ ਜਿਹੜਾ ਸਨ ਹੈਗਾ ਉਹ ਸਾਡਾ ਕਲੋਸਟ ਸਟਾਰ ਹੈਗਾ ਅਸੀਂ 1 ਮਿਲੀਅਨਸ ਆਫ ਸਟਾਰਸ ਗੈਲੈਕਸੀਸ ਦੇਖਨੇ ਆ ਪਰ ਸਭ ਤੋਂ ਨਜ਼ਦੀਕ ਜਿਹੜਾ ਸਟਾਰ ਹੈ ਸਾਡੇ ਸਾਡਾ ਕਲੋਸਟ ਸਟਾਰ ਜਿਹੜਾ ਹੈਗਾ ਉਹ ਸਨ ਹੈਗਾ ਔਰ ਉਹ ਸਨ ਜਿਹੜਾ ਹੈਗਾ ਉਹ ਕਈ ਬਿਲੀਅਨ ਕਿਲੋਮੀਟਰਸ ਦੂਰ ਹੈ ਜਿਹੜਾ ਇਹ ਸਪੇਸ ਵਿੱਚ ਜਿਹੜਾ ਸਾਡਾ ਸਪੇਸ ਕ੍ਰਾਫਟ ਗਿਆ ਇਹਨੇ ਜਿਹੜਾ ਲੋਕੇਟ ਕਰਨਾ ਆਪਣੇ ਆਪ ਨੂੰ ਇੱਕ ਪੋਜੀਸ਼ਨ ਤੇ ਉਹ ਸਿਰਫ 15 ਲੱਖ ਕਿਲੋਮੀਟਰ ਦੂਰ ਹੈ ਜਿਹੜਾ 1% ਆਫ ਦਾ ਸੋਲਰ ਡਿਸਟੈਂਸ ਹੈ ਠੀਕ ਹੈ ਤੇ ਇਸ ਵਾਸਤੇ ਨਾਲ ਉਹਦੇ ਉਸ ਪੋਜੀਸ਼ਨ ਤੇ ਉਹਨਾਂ ਨੇ ਉਹਦੇ ਤੇ ਕਾਫੀ ਰਿਸਰਚ ਕਰ ਰਹੀਆਂ ਜਿਹੜੀਆਂ ਤਿੰਨ ਕਿਸਮੀਆਂ ਖਾਸ ਰਿਸਰਚ ਹੈਗੀਆਂ ਇਨਰ ਆਊਟਰ ਐਂਡ ਮੈਗਨੈਟਿਕ ਫੀਲਡ ਦੀ ਜਿਹੜੇ ਸੂਰਜ ਦੀਆਂ ਇਨਰ ਫੀਲਡ ਆਊਟਰ ਫੀਲਡ ਤੇ ম্যাগਨੇਟਿਕ ਫੀਲਡ ম্যাগਨੇਟਿਕ ਫੀਲਡ ਇੱਕ ਬੜਾ ਸਿਗਨੀਫੀਕੈਂਟ ਏਰੀਆ ਜਿਹਦੇ ਵਿੱਚ ਬਹੁਤ ਭਾਰੀ ਅਲੀ ਰੀਸੈਂਟ ਪਾਸਟ ਨੂੰ ਨੁਕਸਾਨ ਹੋਇਆ ਅਗਰ ਸਰਕਲਾਈਟ ਕਮਿਊਨੀਕੇਸ਼ਨਸ ਜਾਂ ਇਹਨਾਂ ਨੂੰ ਫੋਲੋ ਕਰ ਰਹੇ ਹਨ ਤੇ ਸਪੇਸ ਐਕਸ ਨੇ ਕੁਝ 49 ਸੈਟਲਾਈਟਸ ਭੇਜੇ ਸੀ ਜਿਨ੍ਹਾਂ ਜੋ ਇੱਕੋ ਦਿਨ ਇੱਕੋ ਛਣ ਇੱਕ ਮੈਗਨੇਟਿਕ ਫਲੇਅਰ ਵਿੱਚ 40 ਸੈਟੇਲਾਈਟ ਡੈਮੇਜ ਹੋ ਗਏ। ਤੁਸੀਂ ਕਹਿੰਦੇ ਜਿਹੜਾ ਕਿ ਐਲਨ ਮਸਕ ਸਪੇਸਐਕਸ ਦੇ ਓਨਰ ਹੈ ਉਹਨਾਂ ਨੇ ਜਿਹੜੇ ਸੈਟੇਲਾਈਟਸ ਪੇਚੇ ਐਬਸੋਲੂਟਲੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਅਗਰ ਸਟੱਡੀ ਸਾਡੇ ਕੋਲ ਨਹੀਂ ਹੈਗੀ ਜਾਂ ਸਾਡੇ ਕੋਲ ਡਾਟਾ ਨਹੀਂ ਆਸੀਂ ਫੋਰਕਾਸਟ ਨਹੀਂ ਕਰ ਸਕਦੇ ਤੇ ਫਿਰ ਅਸੀਂ ਬਹੁਤ ਵੱਡੇ ਨੁਕਸਾਨ ਤੋਂ ਬਚ ਨਹੀਂ ਸਕਾਂਗੇ। ਸੋ ਇਹਦੀ ਕੋਈ ਪ੍ਰੈਡਿਕਸ਼ਨ ਹੁੰਦੀ ਹੈ ਕਿ ਸਨ ਦੀ ਮੈਗਨੇਟਿਕ ਫੀਲਡ ਕਦ ਆ ਸਕਦੀ ਹੈ? ਦੇਖੋ ਇਹ ਹੀ ਇਸ ਰਿਸਰਚ ਦਾ ਸਭ ਤੋਂ ਵੱਡਾ ਮੁੱਦਾ ਹੈ। ਜਿਸ ਵੇਲੇ ਅ ਅਦਿੱਤੇ ਨੇ ਆਪਣੀ ਲੋਕੇਸ਼ਨ ਜਿਹੜੀ ਦੀ L1 ਲੋਕੇਸ਼ਨ ਹੈਗੀ ਹੈ ਉੱਥੇ ਜਾ ਕੇ ਜਦੋਂ ਉਹਨਾਂ ਨੇ L2 L1 ਤੇ ਆਪਣੇ ਨੂੰ ਪੋਜੀਸ਼ਨ ਕਰਨਾ ਹੈ ਉੱਥੇ ਉਹਨਾਂ ਨੇ ਉਹਨੂੰ ਸਟੱਡੀ ਕਰਨਾ ਸ਼ੁਰੂ ਕਰਨਾ ਹੈ ਕਿ ਇਹ ਪੀਰੀਆਡਿਕਲ ਹੈ ਇੱਕ ਸੀ ਹੋਰ ਥਰਡ ਕੈਰੈਕਟ੍ਰਿਸਟਿਕਸ ਨਾਲ ਇਨਫਲੂਐਂਸ ਕਰਦੀਆਂ ਜਾਂ ਇਹ ਇਹ ਕਦੀ ਵੀ ਹੋ ਸਕਦਾ ਲੋਕਾਂ ਦਾ ਇੱਕ ਬ੍ਰਹਮ ਸੀ ਬੜੇ ਸਾਲਾਂ ਤੱਕ ਪਹਿਲੇ ਕਿ ਜਿਹੜੀ ਜਿਲਾ ਸੂਰਜ ਹੈ ਉਹ ਉਹਦੇ ਕੋਈ ਗੈਸ ਬਰਨ ਕਰਦੀਆਂ ਬਿਲਕੁਲ ਗੈਸ ਅਗਰ ਆਕਸੀਜਨ ਜਾਂ ਤੁਹਾਡੇ ਕੋਲ ਹੋਰ ਨੀਓਜੀ ਗੈਸਿਸ ਨੇ ਜਿਹੜੀਆਂ ਬਰਨ ਨਹੀਂ ਕਰ ਸਕਦੀਆਂ ਤਾਂ ਉੱਥੇ ਕੋਈ ਵੀ ਹੋ ਜਾ ਸਿਸਟਮ ਨਹੀਂ ਜਦਾ ਉਹਨੂੰ ਦੱਸ ਸਕੇ ਕਿ ਉੱਥੇ ਫਲੇਅਰ ਹੈ ਜਿਹੜਾ ਪਾਸਟ ਸਟੱਡੀਆਂ ਹੈਗੀਆਂ ਉਹਦੇ ਤੇ ਹੈਗਾ ਕਿ ਉੱਥੇ ਨਿਊਕਲੀਅਰ ਐਕਸਪਲੋਸ਼ਨਸ ਹੁੰਦੇ ਠੀਕ ਹੈ ਔਰ ਹਰ ਮਿੰਟ ਹਰ ਸੈਕਿੰਡ ਕੋਈ ਹੰਡਰਡਸ ਆਫ ਮਿਲੀਅਨਸ ਹੁੰਦੇ ਨਾਲ ਉਹਨਾਂ ਦੇ ਨਾਲ ਉਹ ਕੁਝ ਉਹਨਾਂ ਦੇ ਉਹਨਾਂ ਦੇ ਐਕਸਪਲੋਜ਼ਰ ਨਾਲ ਐਕਸਪਲੋਜ਼ਨ ਨਾਲ ਜਿਹੜਾ ਸਪਾਰਕ ਨਿਕਲਦਾ ਉਹ ਉਹਨੂੰ ਅਸੀਂ ਰੋਸ਼ਨੀ ਕਹਿੰਦੇ ਆ ਠੀਕ ਹੈ ਤੇ ਜਿਹੜਾ ਉਹਦੇ ਚੋਂ ਗਰਮੀ ਨਿਕਲਦੀ ਹੈ ਉਹ ਸਾਡੇ ਤੱਕ ਪਹੁੰਚਦੀ ਹੈ ਇਨ ਆਨ ਦਾ ਸਨ ਟੈਂਪਰੇਚਰ ਜਾਂ ਸਨ ਦਾ ਜਿਹੜੀ ਵਾਰਮਿੰਗ ਹੈਗੀ ਹੈ ਇਹ ਸਭ ਚੀਜ਼ਾਂ ਸਟੱਡੀ ਕਰਨੀਆਂ ਬੜੀ ਜ਼ਰੂਰੀ ਹੈ ਕੋਈ ਦੇਖੋ ਅਗਰਸੀਂ ਆਪਣੇ ਪਾਸਟ 'ਚ ਦੇਖੀਏ ਤੇ ਅਸੀਂ ਬਹੁਤ ਵੱਡੇ ਲੈਵਲ ਤੇ ਪ੍ਰਕਿਰਤੀ ਨਾਲ ਜੁੜੇ ਆ ਠੀਕ ਹੈ ਅਸੀਂ ਕਦੀ ਵੀ ਪ੍ਰਕਿਰਤੀ ਤੋਂ ਅਲੱਗ ਨਹੀਂ ਹੋ ਸਕਦੇ ਪ੍ਰਕਿਰਤੀ ਦੀ ਕੋਈ ਵੀ ਚੇਂਜ ਸਾਡੇ ਵਿੱਚ ਚੇਂਜ ਲਿਆਂਦੀ ਹੈ ਉਨਾ ਕਰਾ ਕਰ ਮੈਂ ਇੱਕ ਛੋਟਾ ਐਗਜ਼ਾਮਪਲ ਦਿਆਂ ਤੇ ਜਦੋਂ ਫੁੱਲ ਮੂਨ ਹੁੰਦਾ ਤੇ ਸੀ ਚ ਵੱਡੀਆਂ ਵੱਡੀਆਂ ਜਵਾਰ ਬਾਟੇ ਆਉਂਦੇ ਨੇ ਔਰ ਇਸ ਤਰ੍ਹਾਂ ਹੀ ਅਗਰ ਤੁਸੀਂ ਦੇਖੋ ਤੇ ਪਲੈਨਟ ਦੀ ਜਿਹੜੀ ਇਨਫਲੂਐਂਸ ਹੈ ਅਸੀਂ ਅਸੀਂ ਬਹੁਤ ਸਾਰੇ ਲੋਕ ਆਪਣੀਆਂ ਜਨਮ ਕੁੰਡਲੀ ਜਨਮ ਪੱਤਰੀ ਬਣਾਉਂਦੇ ਆ ਉਹ ਦੇਖਦੇ ਆ ਕਿ ਉਸ ਵਕਤ ਤੁਹਾਡੇ ਜਨਮ ਦੇ ਟਾਈਮ ਤੇ ਪਲੈਨੇਟਰੀ ਕਨਫਿਗਰੇਸ਼ਨ ਕੀ ਸੀ ਕਿਹੜੇ ਕਿਹੜੀ ਪੋਜੀਸ਼ਨ ਤੇ ਸੀ ਉਹਨਾਂ ਦਾ ਸਿੱਧਾ ਇਨਫਲੂਐਂਸ ਸਾਡੀ ਬਾਡੀ ਤੇ ਹੁੰਦਾ ਠੀਕ ਹੈ ਅਸੀਂ ਕਦੀ ਦੇਖੀਏ ਕਿ ਕਿਸ ਦਿਨ ਸਾਸੀ ਸਾਡੇ ਮੂਡ ਸਿੰਗਸ ਹੁੰਦੇ ਅਸੀਂ ਕਿਸੇ ਦਿਨ ਬੜੇ ਗੁੱਸੇ ਚ ਹੁੰਨੇ ਆ ਬੜੇ ਕਿਸੇ ਦਿਨ ਥੱਕੇ ਹੁੰਨੇ ਆ ਮੇਰੇ ਹਿਸਾਬ ਨਾਲ ਇੱਕ ਸਟੱਡੀ ਇਹ ਵੀ ਕਿਸੇ ਦਿਨ ਨਿਕਲ ਕੇ ਬਾਹਰ ਆਏਗੀ ਕਿ ਇਹ ਕਿਸੇ ਕਿਸੇ ਤਰ੍ਹਾਂ ਦਾ ਸਨ ਦਾ ਜਿਸ ਤਰ੍ਹਾਂ ম্যাগਨੇਟਿਕ ਇਨਫਲੂਐਂਸ ਹੈਗਾ ਜਾਂ ਮੂਨ ਦਾ ਇਨਫਲੂਐਂਸ ਹੈਗਾ ਉਹ ਸਾਡੇ ਬੋਡੀ ਆ ਸਾਡੇ ਮੈਟਾਬੋਲਿਜ਼ਮ ਤੇ ਉੱਤੇ ਅਸਰ ਪਾਉਂਦਾ ਹੈ ਤੇ ਉਹਦੇ ਨਾਲ ਸਾਡੀ ਸਿਹਤ ਸਾਡੀ ਤਬੀਅਤ ਸਾਡੇ ਮੂਡਸ ਸਾਡੇ ਇੰਟੈਲੈਕਟ ਲੈਵਲ ਡੈਫੀਨਿਟਲੀ ਬਦਲਦਾ ਹੈ ਤੇ ਇਹ ਸਟੱਡੀ ਜਿਹੜੀ ਇਹ ਮੂਨ ਸਨ ਮਿਸ਼ਨ ਦੀ ਜਿਹੜੀ ਇਸਰੋ ਨੇ ਅੰਡਰਟੇਕ ਕੀਤੀ ਹੈ ਇਹਦਾ ਬਹੁਤ ਵੱਡਾ ਇੱਕ ਰੀਜ਼ਨ ਹੈ ਕਿ ਇਹ ਵੀ ਸਟੱਡੀ ਕਰਨਾ ਚਾਹੁੰਦੇ ਨੇ ਕਿ ਜਿਹੜੀਆਂ ਚੀਜ਼ਾਂ ਚਾਹੇ ਉਹ ਸਾਡੇ ਫਲੱਡਸ ਹੈਗੇ ਨੇ ਜਾਂ ਇੱਥੇ ਡਰਾਉਟ ਹੈਗੇ ਨੇ ਜਾਂ ਬਾਕੀ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਤਰਤੀਬ ਦੇ ਉੱਪਰ ਜ਼ਮੀਨ ਦੇ ਉੱਪਰ ਜਿਹੜੀ ਵੀ ਨੈਚੁਰਲ ਕੈਲੇਮिटीज ਹੁੰਦੀਆਂ ਜਿਹੜੀਆਂ ਵੀ ਫਲਡਸ ਆਂਦੇ ਆ ਕੋਈ ਡਿਸਟਰੋਏ ਜਾਂ ਤੂਫਾਨ ਆਂਦੇ ਉਹਦਾ ਸੰਦੇ ਤਰਫ ਤੋਂ ਕੀ ਮੈਂ ਮੈਂ ਰਿਸਰਚ ਇਹ ਵੀ ਕਰ ਸਕਦਾ ਮੈਂ ਸਮਝਣਾ ਕਿ ਇੱਕ ਇੱਕ ਡਾਇਰੈਕਟ ਲਿੰਕ ਆ ਗਿਆ ਇੱਕ ਬਿਲਕੁਲ ਡਾਇਰੈਕਟ ਇਨਫਲੂਐਂਸ ਆ ਗਿਆ ਇਨ ਸਬ ਚੀਜ਼ਾਂ ਦੇ ਨਾਲ ਕਿਸੇ ਕਿਸੇ ਜਗ੍ਹਾ ਦੇਖੋ ਤੇ ਬੜੇ ਟਾਈਮ ਅਗਰ ਤੁਸੀਂ ਲੋਕ ਕਹਿੰਦੇ ਨੇ ਕਿ ਅਫਰੀਕਾ ਜਿੱਥੇ ਬਿਲਕੁਲ ਕੁਝ ਨਹੀਂ ਉਗਦਾ ਹੰਡਰਡਸ ਐਂਡ ਥਾਊਜ਼ੈਂਡਸ ਆਫ ਕਿਲੋਮੀਟਰ ਤੱਕ ਤੁਹਾਨੂੰ ਇੱਕ 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 ਸਿਰਫ ਤੁਹਾਨੂੰ ਰ ਰੇਗਿਸਤਾਨੀ ਮਿਲਦਾ ਉੱਥੇ ਵੀ ਕਹਿੰਦੇ ਨੇ ਕਿ ਟਾਈਮ ਤੇ ਬੜੀ ਅੱਛੀ ਖੇਤੀ ਸੀ ਜੀ ਮੈਂ ਅਗਰ ਪੁੱਛਾਂ ਕਿ ਅਦਿੱਤਿ ਐਲ 1 ਨਾਮ ਦਿੱਤਾ ਗਿਆ ਸੋਲਰ ਮਿਸ਼ਨ ਦਾ ਅਦਿੱਤਿ ਨਾਮ ਕਿੱਥੋਂ ਆਇਆ ਔਰ ਐਲ 1 ਕੀ ਹੈ ਅਗਰ ਇਹਦੇ ਬਾਰੇ ਦੱਸੋ ਸ਼ੋਰਟ ਚ ਅਦਿੱਤਿ ਜਿਹੜਾ ਆ ਗਿਆ ਉਹ ਸੰਸਕ੍ਰਿਤ ਵਿੱਚ ਸੂਰੇ ਦਾ ਸੰਸਕ੍ਰਿਤ ਨੇਮ ਹੈ ਸੂਰਜ ਦਾ ਸੂਰੇ ਦਾ ਇਸ ਵਾਸਤੇ ਅਦਿੱਤਿ ਵੇ ਤੇ ਐਨ 1 ਉਹ ਸਲੋਟ ਸਪੌਟ ਆ ਗਿਆ ਜਿੱਥੇ ਇਹਨੇ ਆਪਣੇ ਆਪ ਨੂੰ ਪਾਰਕ ਕਰਨਾ ਠੀਕ ਹੈ ਸੋਲਰ ਔਰ ਪਾਰਕਰਨੀ ਵੀ ਗਲਤੀ ਸੀ ਤੇ ਇਸ ਵਕਤ 15 ਲੱਖ ਕਿਲੋਮੀਟਰ ਦੂਰ ਅਰਥ ਤੋਂ ਹੋਏਗਾ ਮਤਲਬ 1.5 ਮਿਲੀਅਨ ਕਿਕ ਕਿਲੋਮੀਟਰਸ ਡਿਸਟੈਂਸ ਅਗਾ ਅਰਥ ਤੋਂ ਪਰ ਉਹ ਸਿਰਫ 1% ਆਫ ਦਾ ਟੋਟਲ ਡਿਸਟੈਂਸ ਹੈ ਬੀਟਵੀਨ ਅਰਥ ਐਂਡ ਸਨ ਬਟ ਅਰਥ ਤੋਂ ਜਿਹੜੀ ਜਰਨੀ ਹੈ ਇਸ ਸੋਲਰ ਮਿਸ਼ਨ ਦੀ ਉਹ 1.5 ਮਿਲੀਅਨ ਕਿਲੋਮੀਟਰ ਹੈ ਅਰਥ ਤੋਂ ਲੈ ਕੇ L1 ਪਾਰਕ ਹਾਂਜੀ ਹਾਂਜੀ ਠੀਕ ਹੈ ਤੇ ਉਸ ਤੋਂ ਉਹ ਜਿਹੜਾ ਉਹ ਇਹਨਾਂ ਨੇ ਇੱਕ ਪੋਜੀਸ਼ਨ ਉਸ ਦੇ ਕੱਲ L2 L3 L4 L5 ਜਿਸ ਤਰ੍ਹਾਂ ਸਾਰੇ ਸਰਚ ਬੰਦੇਗੀ ਕਿਉਂਕਿ ਟੈਂਪਰੇਚਰ ਜਿਹੜਾ ਇੱਕ ਬੜਾ ਮੇਨ ਫੈਕਟਰ ਹੈਗਾ ਉਹਦਾ ਇਨਫਲੂਐਂਸ ਤੁਹਾਡੇ ਜਿਹੜੀਆਂ ਤੁਹਾਡੀ ਇਲੈਕਟ੍ਰੋਨਿਕ ਸਿਸਟਮ ਹੈ ਉਹਦੇ ਤੇ ਕੀ ਹੈ ਤੁਹਾ ਤੁਸੀਂ ਕਿਸ ਤਰ੍ਹਾਂ ਦੇ ਮੈਟਲ ਮਿਨਰਲਸ ਯੂਜ਼ ਕੀਤੇ ਹਨ ਉਹਨਾਂ ਤੇ ਕੀ ਇਫੈਕਟ ਹੈ ਪਹਿਲੇ ਮਿਸ਼ਨ ਤੋਂ ਬਾਅਦ ਪਤਾ ਚੱਲੇਗਾ ਕਿ ਤੁਸੀਂ ਉਹਦੇ ਵਿੱਚ ਕੀ ਕੀ ਇੰਪਰੂਵ ਕਰਕੇ ਇਹਨੂੰ ਫਰਦਰ ਲੈ ਕੇ ਜਾ ਸਕਦੇ ਹੋ ਸੋ ਇਸ ਇਨ ਆਨ ਗoing ਰਿਸਰਚ ਆਈਡੀਆਸ ਠੀਕ ਹੈ ਸੋ ਅਸੀਂ ਇੱਕ ਵਾਰ ਫਿਰ ਦੱਸੀਏ ਜਿਹੜਾ ਡਿਸਟੈਂਸ ਹੈ ਸੋਲਰ ਮਿਸ਼ਨ ਦਾ ਅਰਥ ਤੋਂ ਲੈ ਕੇ ਜਿਹੜਾ L1 ਪਾਰਕ ਹੈ ਉਹ 1.5 ਮਿਲੀਅਨ ਕਿਲੋਮੀਟਰਸ ਹੈ ਔਰ ਜਿਹੜਾ ਮਾਈਲਸ ਦੇ ਅੰਦਰ 932000 ਮਾਈਲਸ ਹੈ ਸੋ ਆ ਜਰਨੀ ਨੂੰ ਪੂਰਾ ਕਰਨੀ 4 ਮਹੀਨੇ ਦਾ ਟਾਈਮ ਲੱਗੇਗਾ हां जी कोई 127 दिन लगਣਗੇ ਟੂ ਬੀ ਵੈਰੀ ਸਪੈਸੀਫਿਕ ਤੇ 127 ਦਿਨ ਤੋਂ ਬਾਅਦ ਉਹ ਉਹਦੇ ਤੇ ਉਹ ਤੋਂ ਜਿਹੜਾ ਡਿਜ਼ਾਇਰਡ ਡਾਟਾ ਵੇ ਉਸ ਕਲੈਕਟ ਕਰਨਾ ਸ਼ੁਰੂ ਹੋ ਜਾਏਗਾ ਫਿਰ ਉਹ ਨੈਚੁਰਲੀ ਉਹ ਗਲੋਬਲ ਮਿਸ਼ਨ ਜਿਹੜੇ ਜਿਹੜੇ ਤੁਹਾਡੇ ਸੋ ਕਾਲਡ ਸਟੇਕ ਹোলਡਰਸ ਹਨ ਉਹਨਾਂ ਨਾਲ ਸ਼ੇਅਰ ਕੀਤਾ ਜਾਏਗਾ ਫਿਰ ਨੈਚੁਰਲੀ ਉਸ ਤੋਂ ਬਾਅਦ ਜਿਹੜੇ ਨੈਕਸਟ ਲੈਵਲ ਆਫ ਰਿਸਰਚ ਉਹ ਕੀਤੀ ਜਾਏਗੀ ਉਹ ਨਾ ਉਹ ਜਿਹੜਾ ਡਾਟਾ ਵੇ ਆ ਉਹ ਜਿਹੜੀ ਰਿਸਰਚ ਹੈ ਉਹ ਵੈਦਰ ਡਿਪਾਰਟਮੈਂਟ ਨਾਲ ਬਾਕੀ ਲੋਕਾਂ ਨਾਲ ਐਗਰੀਕਲਚਰ ਡਿਪਾਰਟਮੈਂਟ ਇਹਨਾਂ ਸਭ ਨਾਲ ਸਾਂਝੀ ਕੀਤੀ ਜਾਏਗੀ ਜਿਸ ਵਾਸਤੇ ਉਹ ਵੀ ਆਪਣੇ ਆਪ ਨੂੰ ਇੱਕ ਪ੍ਰੀਪੇਅਰਡਨੈਸ ਉਹਨਾਂ ਦੇ ਲੈਵਲ ਤੇ ਵੀ ਹੋਏ ਤੇ ਉਹਨਾਂ ਦੇ ਸੁਜੈਸ਼ਨਸ ਵੀ ਮਿਲਣ ਇੰਡੀਆ ਨੇ ਪਹਿਲੀ ਵਾਰ ਸੋਲਰ ਮਿਸ਼ਨ ਭੇਜਿਆ ਐ ਇਸ ਤੋਂ ਪਹਿਲੇ ਕਿਹੜੀ ਕਿਹੜੀ ਦੁਨੀਆ ਦੀ ਕੰਟਰੀਜ਼ ਐ ਜਿਨ੍ਹਾਂ ਨੇ ਆਪਣੇ ਸੋਲਰ ਮਿਸ਼ਨ ਭੇਜਿਆ ਔਰ ਉਹਨਾਂ ਦਾ ਆਊਟਕਮ ਕੀ ਰਿਹਾ 2018 ਦੇ ਕਰੀਬ ਕਰੀਬ ਮਹੀਨਾ ਜੂਨ ਜੁਲਾਈ ਦੇ ਕਰੀਬ ਕਰੀਬ ਨਾਸਾ ਨੇ ਸਭ ਤੋਂ ਪਹਿਲਾ ਮਿਸ਼ਨ ਭੇਜਿਆ ਸੀ ਔਰ ਕਾਫੀ ਹੱਦ ਤੱਕ ਸਕਸੈਸਫੁਲ ਰਿਹਾ ਉਸ ਤੋਂ ਬਾਅਦ 2021 ਦਿਸੰਬਰ ਜਿਹੜਾ ਉਹਨਾਂ ਨੇ ਭੇਜਿਆ ਉਹਦੇ ਬੜੇ ਰਿਮਾਰਕਬਲ ਰਿਜ਼ਲਟਸ ਆਏ ਠੀਕ ਹੈ ਉਹ ਆਲਮੋਸਟ ਯਕਨ ਦਿੰਦੇ ਨੇ ਕਿ ਉਹਨੇ ਇੰਨੇ ਟਾਈਮ ਵਿੱਚ ਨੇਚਰਲੀ ਇੱਕ ਇੱਕ ਐਕਸਪੀਰੀਟ ਵਿੱਚ ਉਹਨੇ ਸੰ ਦੀ ਸਰਫੇਸ ਨੂੰ ਟੱਚ ਕਰ ਲਿਆ ਹਾਲੇ ਉਹਦੀ ਉਹਦੇ ਉਹਦੀ ਰਿਸਰਚ ਤੇ ਉੱਪਰ ਕੀ ਹੋਇਆ ਨਾਸਾ ਨੇ ਉਹਨੂੰ ਪਬਲੀਕਲੀ ਡਿਕਲੇਅਰ ਨਹੀਂ ਕੀਤਾ ਪਰ ਦਿਸ ਇਜ਼ ਥਾਟ ਕਿ ਉਹ ਇਨਾ ਸਟਰੋਂਗ ਸਪੇਸ ਕ੍ਰਾਫਟ ਸੀ ਕਿ ਉਹ ਸਨ ਦੀ ਸਰਫੇਸ ਤੱਕ ਪਹੁੰਚ ਗਿਆ ਤੇ ਉੱਥੋਂ ਵੀ ਉਹਨੇ ਕੁਝ ਨਾ ਕੁਝ ਇਨਫੋਰਮੇਸ਼ਨ ਡਾਟਾ ਰਿਸਰਚ ਡਾਟਾ ਭੇਜਿਆ ਜਿਹੜਾ ਇੰਡੀਓ ਕোর্স ਆਫ ਟਾਈਮ NASA ਰੀਲਿਸ ਕਰੇਗਾ ਹੋ ਸਕਦਾ ਹੈ ਕਿ ਉਹ ਸਭ ਕੁਲ ਪਹਿਲੇ ਇਸਰੋ ਨਾਲ ਸਾਂਝਾ ਕਰੇ ਤੁਹਾਡਾ ਕਹਿੰਦਾ ਜਿਹੜਾ ਕੋਰੋਨਾ ਸੰਦ ਹੈ ਉੱਥੇ ਤੱਕ ਪਹੁੰਚ ਗਿਆ NASA ਹਾਂ ਬਿਲਕੁਲ ਕੋਰੋਨਾ ਉਹਦੇ ਤੇ ਉਹ ਹੋਰ ਸਰਚ ਪੜੀਆਂ ਨੇ ਕੋਰੋਨਾ ਇੱਕ ਜਿਹੜਾ ਅ ਅੰਦਰੂਨੀ ਸਾ ਸੰਦਾ ਉਹ ਏ ਡਿਫਾਈਨ ਕਰਨਾ ਕਿ ਸਨ ਦੇ ਉੱਪਰ ਜਿਹੜੀ ਸੋਲਿਡ ਸਰਫੇਸ ਹੈ ਉਹ ਕਿੰਨੀ ਡੀਪ ਹੈ ਕਿੰਨੀ ਡੈਪਥ ਹੈ ਇਹਤੇ ਵੀ ਸਟੱਡੀ ਹੋ ਰਹੀ ਹੈ ਕਿਉਂਕਿ ਉਹਦੀ ਸਰਫੇਸ ਤੋਂ ਕਈ ਥਾਊਜ਼ੈਂਡਸ ਆਫ ਹੰਡਰਡਸ ਆਫ ਥਾਊਜ਼ੈਂਡਸ ਆਫ ਮਾਈਲਸ ਵਿੱਚ ਨਿਊਕਲੀਅਰ ਐਕਸਪਲੋਜ਼ਨ ਹਰ ਮਿੰਟ ਹਰ ਸੈਕਿੰਡ ਹੋ ਰਹੇ ਨੇ ਤੇ ਤੁਸੀਂ ਉਸ ਦੌਰਾਨ ਵਿੱਚ ਉਸ ਡੈਪਥ ਨੂੰ ਬਿਕ ਬੜੇ ਖਾਸ ਲੈਵਲ ਦੇ ਜਿਹੜੇ ਟੈਲੀਸਕੋਪਸ ਹਨ ਜਿਹੜੇ ਉਥੋਂ ਰਿਫਲੈਕਟ ਹੋ ਕੇ ਡਿਸਟੈਂਸ ਨੂੰ ਕਰਨਗੇ ਉਹ ਸਟੱਡੀ ਚੱਲ ਰਹੀ ਹੈ ਸੋ NASA ਸਭ ਤੋਂ ਕਲੋਜ਼ਸ ਗਿਆ ਸੰਦੇ ਔਰ ਉਹਦੇ ਇਲਾਵਾ ਹੋਰ ਕਿਹੜੀ ਕੰਟਰੀਜ਼ ਹੈ ਜਿਨ੍ਹਾਂ ਨੇ ਜਾਪਾਨ ਨੇ ਟਰਾਈ ਕੀਤਾ ਸੀ ਔਰ ਇੱਕ ਜ਼ਮੀਨ ਦਾ ਮਿਸ਼ਨ ਸੀ ਜਿਹੜਾ ਜ਼ਿਆਦਾ ਸਕਸੈਸਫੁਲ ਨਹੀਂ ਹੋਇਆ ਬਾਕੀ ਕੰਟਰੀ ਨੇ ਬਿਕੋਜ਼ ਆਫ ਕਾਸਟ ਇਫੈਕਟਿਵਨੈਸ ਉਹਨਾਂ ਦਾ ਜ਼ਿਆਦਾ ਵੱਡਾ ਮਿਸ਼ਨ ਰਹਿੰਦਾ ਹੈ ਕਿ ਮੂਨ ਦੇ ਉੱਤੇ ਜ਼ਿਆਦਾ ਕੀਤਾ ਜਾਏ ਕਿਉਂਕਿ ਜਦੋਂ ਮੂਨ ਦੇ ਉੱਤੇ ਤੁਸੀਂ ਸਟੱਡੀ ਕਰਦੇ ਹੋ ਤਾਂ ਰਿਲੇਵੈਂਟ ਡੇਟਾ ਤੁਸੀਂ ਇਸ ਔਰ ਬਾਕੀ ਸਟਾਰਸ ਦੇ ਉੱਤੇ ਵੀ ਮਾਰਸ ਐ ਬਾਕੀ ਜਗ੍ਹਾ ਵੀ ਯੂਜ਼ ਕਰ ਸਕਦੇ ਸੋ ਕਾਸਟ ਇਨਵੋਲਡ ਕਿੰਨੀ ਰਹੀ ਇਸਰੋ ਦੇ ਆ ਜਿਹੜਾ ਸੋਲਰ ਮਿਸ਼ਨ ਨਾ ਦਿੱਤੇ ਐਲ 1 ਕਿੰਨੀ ਕਾਸਟ ਰਹੀ ਆ ਦੀ ਜਿਹੜਾ ਸੋਲਰ ਮਿਸ਼ਨ ਨਾਸਾ ਦਾ ਸੀ ਉਹਨੇ 1.7 ਬਿਲੀਅਨ ਡਾਲਰ ਦੇ ਕਰੀਬ ਜਿਹੜਾ ਉਹਨਾਂ ਦਾ ਖਰਚ ਹੋਇਆ ਸੀ ਨਾਸਾ ਦਾ ਨਾਸਾ ਦਾ ਇਸਰੋ ਦਾ would remarkable be 46 billion dollars 46 million dollars. million dollars so 46 million versus 1.5 billion tus dekho assi assi toronto ch 3 4 makan le lende ha 48 million ch te unne isro ne ik solar mission bhejta inne paise ch eh hi remarkable ohi ik jdi ik badi lajawab cheez hai jdi indian intellectual ਨੇ ਕ੍ਰੀਏਟ ਕੀਤੀ ਹੈ ਹੈਟਸ ਆਫ ਟੂ देम ਸੋ ਅਸੀਂ ਸੁਣਿਆ ਕਿ ਜਿਹੜੀ ਅੱਜ ਜਿਹੜਾ ਮਿਸ਼ਨ ਗਿਆ ਸੋਲਰ ਮਿਸ਼ਨ ਐਨ ਅਲ레ਡੀ ਪਿਕਚਰਸ ਵੀ ਔਨ ਦਾ ਵੇ ਟੂ ਸਨ ਪਿਕਚਰਸ ਵੀ ਜਿੰਨੀਆਂ ਸ਼ੁਰੂ ਕਰਤੀਆਂ ਅਰਥ ਤੇ ਬਿਲਕੁਲ ਜੀ ਬਿਲਕੁਲ ਉਹ ਜਿਹੜੇ ਕੈਮਰੇਜ ਉਹਦੇ ਚ 8 ਕੈਮਰਾ 8 ਮੋਡਿਊਲ ਜਗ੍ਹਾ ਤੇ ਠੀਕ ਹੈ ਉਹਨਾਂ ਨੇ ਅਲੱਗ-ਅਲੱਗ ਛੇ ਨੇ ਤੇ ਇਮੀਡੀਏਟਲੀ ਕੰਮ ਕਰਨਾ ਸ਼ੁਰੂ ਕਰਤਾ ਆਪਣੇ ਆਪਣੇ ਜਗ੍ਹਾ ਤੇ ਉਹਨਾਂ ਨੇ ਕੁਝ ਜਿਹੜਾ ਵੀ ਉਹਨਾਂ ਦਾ ਪਰਪਸ ਹੈਗਾ ਉਸ ਮੋਡਿਊਲ ਦਾ ਚਾਹੇ ਉਹ ਪਿਕਚਰ ਲੈਣਾ ਹੈ ਟੈਂਪਰੇਚਰ ਲੈਣਾ ਹੈ ਗੈਸ ਦੀ ਸਟੱਡੀ ਕਰਨਾ ਹੈ ਆਸ-ਪਾਸ এনवायरमेंट ਨੂੰ ਦੇਖਣਾ ਹੈ ਉਹਨਾਂ ਨੇ ਇੱਕ ਮੋਡਿਊਲ ਤੇ ਸਿਰਫ ਜਿਹੜਾ ਸਪੇਸ ਕ੍ਰਾਫਟ ਹੈ ਉਹਦੀ ਹੈਲਥ ਨੂੰ ਮਾਨੀਟਰ ਕਰ ਰਿਹਾ ਹੈ ਠੀਕ ਹੈ ਕਿ ਕਿਹੜੀ ਕਿਹੜੀ ਚੀਜ਼ ਜਿਹੜੀ ਹੈਗੀ ਉਹਨੂੰ ਉਹਨਾਂ ਦੇ ਟੈਂਪਰੇਚਰ ਐਨਵਾਇਰਨਮੈਂਟ ਕਿਸ ਤਰ੍ਹਾਂ ਇਫੈਕਟ ਕਰ ਰਿਹਾ ਤੇ ਸਟੱਡੀ ਬਹੁਤ ਟੀਪ ਹੈ ਬੜਾ ਐਨਡੀਜੀ ਅਗਰ ਸੋਲਰ ਮਿਸ਼ਨ ਇੰਡੀਆ ਦਾ ਸਕਸੈਸਫੁਲ ਰਹਿੰਦਾ ਹੈ ਤਾਂ ਵਾਟ ਨੈਕਸਟ ਅਗਲਾ ਮਿਸ਼ਨ ਕਿਹੜਾ ਐਕਸਪੈਕਟ ਕਰ ਸਕਦੇ ਹਾਂ ਮੇਰਾ ਮੇਰੇ ਹਿਸਾਬ ਨਾਲ ਕਿ ਇਹ ਡਿਸਟੈਂਸ ਕਿਉਂਕਿ ਇੰਨਾ ਵੱਡਾ ਅਸੀਂ ਇੱਕ ਵਾਰ 1% ਕਵਰ ਕੀਤਾ ਹੈ ਬੀਟਵੀਨ ਸਨ ਐਂਡ ਅਰਥ ਤੇ ਹੋ ਸਕਦਾ ਕਿ ਇਹਨੂੰ ਥੋੜਾ ਐਨਹਾਂਸ ਕਰਨਗੇ ਇਹਨੂੰ ਹੋਰ ਥੋੜਾ ਵਧਾਣਗੇ ਅਗਲੇ ਲੈਵਲ ਤੇ ਜਾਣਗੇ ਜਿਹੜੀ ਸਟੱਡੀਜ਼ ਇਨਕਨਕਲੂਸਿਵ ਜਾਂ ਇਨਕੰਪਲੀਟ ਰਹਿਣ ਗਿਆ ਐਸ ਲੈਵਲ ਦੇ ਉੱਤੇ ਨੇਚਰਲੀ ਸਾਇੰਸ ਦਾ ਇੱਕ ਇੱਕ ਆਪਣੇ ਦਾ ਕਮਿਟਮੈਂਟ ਲੈਵਲ ਹੈ ਉਹ ਨੇਚਰਲੀ ਚਾਣਗੇ ਕਿ ਨੈਕਸਟ ਲੈਵਲ ਤੇ ਜਾਣ ਜਿਹੜਾ ਸਨ ਔਰ ਅਰਥ ਦਾ ਡਿਸਟੈਂਸ ਹੈ 1% ਜਿਹੜਾ ਡਿਸਟੈਂਸ ਤੇ ਜਾ ਕੇ L1 ਪਾਰ ਕਰੂਗਾ ਆ ਜਿਹੜਾ ਅਦਿੱਤਿ ਮਿਸ਼ਨ ਹੈ ਉਹਦੇ ਬਾਅਦ ਤੁਸੀਂ ਕਹਿੰਦੇ ਹੋ ਅਗਲਾ ਮਿਸ਼ਨ ਹੋ ਸਕਦਾ L2 ਪਾਰ ਜਾਂ L5 ਪਾਰ ਜਿਹੜਾ ਹੋਰ ਸਨ ਦੇ ਕੋਲ ਹੋਏ ਤੇ ਮੰਨਿਆ ਜਾਂਦਾ ਹੈ ਕਿ ਸੂਰਜ ਤਾਂ ਇੱਕ ਅਗ ਦਾ ਗੋਲਾ ਹੈ ਸੋ ਜਿੰਨੀ ਕੋਲ ਜਾਈ ਜਾਵਾਂਗੇ ਉਹ ਤਾਂ ਇੱਕ ਇੱਕ ਬੜਾ ਡਿਸਟਰੈਕਸ਼ਨ ਹੋ ਸਕਦਾ ਹੈ ਜਿਹੜੇ ਆ ਮਿਸ਼ਨਸ ਹੈਗੇ ਆ ਵਾਜਿਬ ਸਵਾਲ ਹੈ ਤੁਸੀਂ ਇਹ ਦੇਖੋ ਕਿ ਰਿਸਰਚ ਡਵੈਲਪਮੈਂਟ ਕੀ ਚੀਜ਼ ਹੈ ਇੱਕ ਜਿਹੜਾ ਪਹਿਲਾ ਮਿਸ਼ਨ ਹੋਏਗਾ ਇਹਦੇ ਵਿੱਚ 99% ਵੀ ਸਕਸੈਸ ਹੋ ਗਈ ਤੇ 1% ਜਿਹੜਾ ਫੇਲਿਅਰ ਹੈ ਉਹ ਫਿਰ ਇੱਕ ਨਵੀਂ ਸਟਡੀ ਦਾ ਮਟੀਰੀਅਲ ਉਹ ਨਵੇਂ ਰਿਸਰਚ ਦਾ ਇੱਕ ਮੈਟਰ ਬਣ ਜਾਏਗਾ ਸੰਧ ਦਾ ਟੈਂਪਰੇਚਰ ਕਿੰਨਾ ਹੈ ਕਈ ਮਿਲੀਅਨ ਡਿਗਰੀ ਸੈਂਟੀਗ੍ਰੇਡ ਹੈਗਾ ਜੀ ਕਿ 20 ਮਿਲੀਅਨ ਸੈਂਟੀਗ੍ਰੇਡਸ ਤੋਂ ਪਲੱਸ ਹੈਗਾ ਤੁਸੀਂ ਅੰਦਾਜ਼ਾ ਲਗਾਓ ਜੀ ਇੱਕ ਨਿਊਕਲੀਅਰ ਬੰਬ ਜਦੋਂ ਫਟਦਾ ਤੇ ਆਸ-ਪਾਸ ਮੀਲਾਂ ਦੂਰ ਤੱਕ ਚੀਜ਼ਾਂ ਮੈਲਟ ਹੋ ਜਾਂਦੀਆਂ ਨੇ ਤੇ ਨੈਚੁਰਲੀ ਉਹਦਾ ਟੈਂਪਰੇਚਰ ਬਹੁਤ ਹਾਈ ਹੈ ਜਿਹੜਾ ਆ ਜਿਹੜਾ ਸਟੱਡੀ ਚ ਨਾਸਾ ਨੇ ਇੱਕ ਦੋ ਜਿਹੜੀਆਂ ਸਟੱਡੀਆਂ ਉਹਨਾਂ ਨੇ ਕੀਤੀਆਂ ਉਹਦੇ ਚੋਂ ਨਾਕੋ ਲੱਗਾ ਪਰ ਬਹੁਤ ਐਕੂਰੇਟਲੀ ਉਹਨੂੰ ਮੇజర్ ਕਰਨਾ ਹਲੀ ਇਸ਼ੂ ਵਰ ਲਿਆ ਗਿਆ ਠੀਕ ਹੈ ਅਗਰ ਮੈਂ ਕਹਾਂ ਸ਼ਾਰਟ ਦੇ ਅੰਦਰ ਸਾਨੂੰ ਦੱਸੋ ਸੋਲਰ ਮਿਸ਼ਨ ਦੇ ਬਾਰੇ ਹੱਲੇ ਤੱਕ ਤੁਸੀਂ ਇਹਦੇ ਤੇ ਕੀ ਕੀ ਮੇਨ ਪੁਆਇੰਟਸ ਤੁਹਾਨੂੰ ਲੱਗਿਆ ਕਿ ਵਾਓ ਮੂਨ ਦੇ ਬਾਅਦ ਸਨ ਦੇ ਉੱਪਰ ਅਸੀਂ ਜਾ ਰਹੇ ਹਾਂ ਔਰ ਅਸੀਂ ਸਨ ਦੇ ਉੱਪਰ ਮੀਨ ਸਨ ਦੇ ਉੱਪਰ ਮਤਲਬ ਕਿ ਸਨ ਦੇ ক্লোਜ਼ ਜਾ ਰਹੇ ਹਾਂ ਸਟੱਡੀ ਕਰਨ ਰੇਜ਼ ਵੇਵਸ ਜਿਹੜੀਆਂ ਸੂਰਜ ਤੋਂ ਨਿਕਲਦੀਆਂ ਕੁਝ ਸਾਨੂੰ ਇਹਦੀ ম্যাগਨੇਟਿਕ ਫੀਲਡ ਕਿਸ ਕਿਸ ਤਰ੍ਹਾਂ ਦੀਆਂ ਕਿਉਂਕਿ ਕਿਹਾ ਜਾਂਦਾ ਕਿ ਸੂਰਜ ਦੇ ਅੰਦਰ ਇੱਕ ਠੰਡਾ 파ਟ ਵੀ ਹੈ ਸੋ ਇਹਦੇ ਬਾਰੇ ਸਾਨੂੰ ਕੁਝ ਦੱਸੋ ਕਿਉਂਕਿ ਸੂਰਜ ਇੱਕ ਬਹੁਤ ਵੱਡਾ ਸਟਾਰ ਹੈਗਾ ਠੀਕ ਹੈ ਔਰ ਮੇਰੇ ਖਿਆਲ ਇਨ ਪ੍ਰੋਪੋਰਸ਼ਨ ਟੂ ਅਰਥ ਔਰ ਮੂਨ ਤੇ ਮੇਰੇ ਖਿਆਲ کئی 100 ਮਿਲੀਅਨ ਟਾਈਮਸ ਹੀ ਹੋ ਸਕਦਾ ਵੱਡਾ ਬਿਕਾਜ਼ ਅਗਰ ਐਗਜ਼ੈਕਟ ਉਹਦੀ ਡੈਪਥ ਕਿਉਂਕਿ ਆਸ-ਪਾਸ ਉਹਦੇ ਇੱਕ ਇੱਕ ਬੜਾ ਵੱਡਾ ਫੀਲਡ ਹੈ ਉਹ ਐਗਜ਼ੈਕਟ ਜਿਹੜਾ ਉਹਦੇ ਵਿੱਚ ਇੱਕ ਸਟਾਰ ਹੈਗਾ ਜਿਹੜਾ ਮਾਸ ਹੈਗਾ ਉਹਨੂੰ ਉਹਨੂੰ ਮੇਜਰ ਕਿਸ ਤੱਕ ਐਕਟਲੀ ਕੀਤਾ ਗਿਆ ਇਹ ਡਿਬੇਟ ਦਾ ਇਸ਼ੂ ਹੈ ਠੀਕ ਹੈ ਮੈਂ ਫਿਰ ਉੱਥੇ ਸ਼ੁਰੂ ਕਰਾਂਗਾ ਕਿ ਅਸੀਂ ਪੂਰੇ ਪੂਰਾ ਜਿਹੜੀ ਸਾਡੀ ਸ੍ਰਿਸ਼ਟੀ ਹੈ ਜਾਂ ਜਿਹੜਾ ਜਿਹੜੇ ਪਲੈਨਟ ਤੇ ਅਸੀਂ ਰਹਿੰਦੇ ਆ ਜਿਹੜਾ ਸਾਡਾ ਧਰਤੀ ਦਾ ਲੈਂਡ ਮਾਸ ਹੈ ਉਹ ਇਨਫਲੂਐਂਸ ਹੁੰਦਾ ਨੇਚਰ ਤੋਂ ਠੀਕ ਹੈ ਔਰ ਅਗਰ ਨੇਚਰ ਇਸ ਦੇਖਿਆ ਜਾਏ ਤੇ ਨੇਚਰਲੀ ਅਗਰ ਨੇਚਰ ਚ ਬਾਕੀ ਸਟਾਰਸ ਅਗੇਨ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਸਤ ਗ੍ਰਹਿ ਗਏਨ ਰਾਉ ਕਿਤੇ ਨੂੰ ਛੱਡ ਕੇ ਕਿਉਂਕਿ ਉਸ ਬੜੇ ਸਿੰਬੋਲਿਕ ਹਨ ਇਹ ਸਾਰੇ ਗ੍ਰਹਿ ਜਾਂ ਫਿਰ ਸਨ ਨਗਾ ਇਹ ਦਾ ਡਾਇਰੈਕਟ ਇਨਫਲੂਐਂਸ ਅਗੇ ਸਾਡੇ ਅਰਥ ਦੇ ਉੱਤੇ ਬੀਟ ਹਿਊਮਨ ਬੀਇੰਗ ਬੀਟ ਐਗਰੀਕਲਚਰ ਸਾਡੀ ਨੇਚਰ ਸਾਡਾ ਰਹਿਣਾ ਸਹਿਣਾ ਸਾਡੇ ਹੈਲਥ ਇਸ਼ੂਸ ਇਹਨਾਂ ਸਾਰਿਆਂ ਤੇ ਇਹਦਾ ਇਨਫਲੂਐਂਸ ਆ ਗਿਆ ਤੇ ਨੇਚਰਲੀ ਜਿਸ ਵੇਲੇ ਤੁਸੀਂ ਮੂਨ ਨੂੰ ਇੱਕ ਵਾਰੀ ਸਟੱਡੀ ਕਰ ਲਿਆ ਆ ਸਮੂਨ ਜੇ ਜਾਣ ਦਾ ਪਰਪਸ ਮੋਰਲੈਸ ਮੇਰੇ ਖਿਆਲ ਅਲੀ ਤੱਕ ਕੰਪਲੀਟ ਹੋ ਗਿਆ ਹੁਣ ਸਿਰਫ ਇਹ ਹੈ ਕਿ ਅਗਰ ਉੱਥੇ ਪਾਣੀ ਮਿਲ ਜਾਂਦਾ ਤੇ ਉਸ ਤੋਂ ਬਾਅਦ ਹਾਈਡਰੋਜਨ ਔਰ ਆਕਸੀਜਨ ਤੇ ਮਿਨਰਲਸ ਲਬਨਾ ਜਿਹੜੇ ਮਿਨਰਲਸ ਕਿੱਦਾਂ ਕਿੱਦਾਂ ਦੇ ਹੈਗੇ ਉਹ ਮੂਨ ਦਾ ਪਰਪਸ ਹੈਗਾ ਮੂਨ ਦਾ ਪਰਪਸ ਹੀ ਫਿਰ ਉੱਥੇ ਤੁਸੀਂ ਟ੍ਰਾਂਸਪਲੈਂਟ ਕਿਸ ਤਰ੍ਹਾਂ ਕਰੋਗੇ ਕਿਸੇ ਲਾਈਫ ਨੂੰ ਠੀਕ ਉਹ ਵੀ ਇੱਕ ਮਿਸ਼ਨ ਰਹੀ ਉਹ ਵੀ ਮਿਸ਼ਨ ਮੁੰਦਾ ਕਿਸੇ ਨਾ ਤੁਸੀਂ ਹੁਣ ਬਟ ਸੰ ਦਾ ਮਿਸ਼ਨ ਟੋਟਲ ਡਿਫਰੈਂਟ ਹੈ ਹਾਂ ਉੱਥੇ ਤੁਸੀਂ ਹੋ ਸਕਦਾ ਹੈ ਕਿ ਕੁਝ ਇੱਕ ਦਰਜਨ ਚੂਹੇ ਛੱਡਦੇ ਹੋ ਜਾਂ ਬਿੱਲੀਆਂ ਛੱਡਦੇ ਹੋ ਜਾਂ ਕੋਈ ਜਾਨਵਰ ਫਰਦਰ ਮੈਟਰ ਮੈਂ ਐਨੀਮਲ ਦੇ ਉਹਨਾਂ ਦੇ ਅਗੇਂਸਟ ਹਾਂ ਬਿਲਕੁਲ ਉਹਨਾਂ ਨੂੰ ਕਿਸੇ ਕਿਸਮ ਦਾ ਡੈਮੇਜ ਨਾ ਹੋਏ ਪਰ ਕਿਸੇ ਤਰੀਕੇ ਨਾਲ ਇਹਨਾਂ ਨੂੰ ਉਸ ਲੈਵਲ ਦੇ ਉੱਤੇ ਉੱਥੇ ਲਾਈਫ ਨੂੰ ਬਿਲਡ ਕਰਨ ਦਾ ਇੱਕ ਮਿਸ਼ਨ ਰਹਿਣਾ ਜ਼ਰੂਰ ਹੋ ਸਿਮਿਲਰਲੀ ਅਗਰ ਅਸੀਂ ਸਾਨੂੰ ਲਈਏ ਤੇ ਸਾਡਾ ਸਾਰਾ ਸਾਰਾ ਅਗਰ ਆਪਣੀ ਰਿਤਵਾਂ ਦੇਖ ਲਈਏ ਸਾਡੇ ਕੋਲ ਜਿੰਨੇ ਅਲੱਗ ਅਲੱਗ ਕਿਸਮ ਦੇ ਸੀਜ਼ਨਸ ਆਉਂਦੇ ਨੇ ਇਹ ਡਾਇਰੈਕਟਲੀ ਇਨਫਲੂਐਂਸਡ ਆਰ ਥੇਅਰ ਬਾਈ ਬਾਈ ਸੂਰਜ ਦੇ ਅੰਦਰ ਠੰਡਾ 파ਟ ਵੀ ਹੈ ਮੈਂ ਕਹਾਂਗਾ ਜੀ ਠੰਡਾ 파ਟ ਵੀ ਹੈਗਾ ਕਿਉਂਕਿ ਹੋ ਨਹੀਂ ਸਕਦਾ ਕਿ ਅਗਰ ਇੱਕ ਲੈਂਡ ਮਾਸ ਆ ਗਿਆ ਤੇ ਅਗਰ ਉਹ ਗਰਮ ਅੰਦਰੋਂ ਹੁੰਦਾ ਤੇ ਉਹ ਫਿਰ ਕਿੱਥੇ ਕਿੱਥੇ ਮਤਲਬ ਅੰਦਰ ਠੰਡਾ ਤੇ ਬਾਹਰ ਗਰਮ ਇਹ ਹੋ ਸਕਦਾ ਸਾਡੇ ਅੰਦਰ ਵੀ ਜਮੀਨ ਵਿੱਚ ਹੀ ਦੇਖੋ ਨਾ ਅਗਰ ਤੁਸੀਂ ਦੇਖੋ ਸਾਡੇ ਅੰਦਰ ਗਰਮ ਹੀ ਹੈਗਾ ਉੱਥੇ ਸਾਨੂੰ ਕਿਆ ਜਾਂਦਾ ਕਿ ਜਿਹੜੇ ਜਿਹੜੇ ਐਕਸ-ਰੇਜ਼ ਜਾਂ ਜਿਹੜੇ ਬਾਕੀ ਸਕੈਨਸ ਕੀਤੇ ਗਏ ਹਨ ਅਰਥੇ ਉਥੇ ਅੰਦਰ ਕਹਿੰਦੇ ਨੇ ਕਿ ਅੰਦਰ ਅੰਦਰ ਇਹ ਵਲਕੈਨੋ ਹੈਗਾ ਅਗਰ ਅੰਦਰ ਗਰਮ ਤੇ ਬਾਹਰ ਠੰਡਾ ਹੋ ਸਕਦਾ ਤੇ ਇਟ ਕੁਡ ਬੀ ਦਾ ਅਦਰ ਵੇ ਰਾਉਂਡ ਟੂ ਠੀਕ ਹੈ ਐਂਡੀ ਜੀ ਜਾਂਦੇ ਜਾਂਦੇ ਸੋਲਰ ਮਿਸ਼ਨ ਦੇ ਬਾਰੇ ਕੀ ਕਹੋਗੇ ਕਿਉਂਕਿ ਅਚੀ ਅਕੰਪਲਿਸ਼ਮੈਂਟਸ ਹੈ ਇਸਰੋ ਦੀਆਂ ਸਪੇਸ ਏਜੰਸੀਜ਼ ਦੀਆਂ ਅਕ੍ਰੋਸ ਦਾ ਗਲੋਬ ਜਿਹੜੇ ਸਪੇਸ ਏਜੰਸੀਜ਼ ਕੰਮ ਕਰ ਰਹੀਆਂ ਨੇ ਨੇਚਰ ਕਿੱਦਾਂ ਹੈ ਕਿਉਂਕਿ ਕਹਿੰਦੇ ਸਾਇੰਸ ਹਰ ਸਟੈਪ ਤੇ ਐਡਵਾਂਸ ਕਰਦੀ ਹੈ ਅੱਜ ਅਸੀਂ ਇਦੇ ਬਾਰੇ ਕੀ ਹੈ ਹੋ ਸਕਦਾ ਹੈ ਸਾਇੰਸ ਕੋ ਛੋੜ ਕੱਢ ਕੇ ਲੈ ਆਏ ਤੇ ਸਾਡੀ ਉਹਦੇ ਤੇ ਥਿਊਰੀ ਚੇਂਜ ਹੋ ਜਾਣ ਬਿਕੋਜ਼ ਰਿਸਰਚ ਆਰ ਐਂਡ ਡੀ ਚੱਲਦੀ ਰਹਿੰਦੀ ਹੈ ਸੋ ਮੂਨ ਦੇ ਮਿਸ਼ਨ ਦੇ ਬਾਰੇ ਅਸੀਂ ਡਿਟੇਲ ਚ ਗੱਲ ਕੀਤੀ ਸੀਗੀ ਸੋਲਰ ਮਿਸ਼ਨ ਇੱਕ ਇੰਟਰਸਟਿੰਗ ਟੌਪਿਕ ਹੈ ਕਾਫੀ ਲੋਗਾਂ ਨੂੰ ਸ਼ਾਇਦ ਇਹਦੇ ਬਾਰੇ ਨਹੀਂ ਹੋਊਗਾ ਕਿ ਇੰਡੀਆ ਤੋਂ ਪਹਿਲੇ ਅਮਰੀਕਾ ਜਰਮਨੀ ਜਿੱਦਾਂ ਤੁਸੀਂ ਕਿਹਾ ਜਾਪਾਨ ਨੇ ਸੋਲਰ ਮਿਸ਼ਨਸ ਭੇਜੇ ਹੋਏ ਹੈ ਔਰ ਅਮਰੀਕਾ ਸਭ ਤੋਂ ਕਲੋਸਟ ਗਿਆ ਸੰਦੇ ਸੋ ਐਸ ਸੋਲਰ ਮਿਸ਼ਨ ਅਦਿੱਤਿ ਐਲ 1 ਦੇ ਬਾਰੇ ਆਖਰੀ ਚ ਤੁਸੀਂ ਕੀ ਮੈਸੇਜ ਦਿਓਗੇ ਦੇਖੋ ਸਭ ਤੋਂ ਪਹਿਲੀ ਗੱਲ ਕਿ ਜਿਹੜਾ ਮੈਸੇਜ ਇੰਡੀਆ ਦੇਣਾ ਚਾਹੁੰਦਾ ਹੈ ਗਲੋਬ ਨੂੰ ਜਾਂ ਵਰਲਡ ਨੂੰ ਜਾਂ ਬਾਕੀ ਡਿਵੈਲਪਡ ਕੰਟਰੀਜ਼ ਨੂੰ ਕਿ ਅਸੀਂ ਬਹੁਤ ਕਾਸਟ ਇਫੈਕਟਿਵ ਆ ਪਹਿਲੀ ਗੱਲ ਦੂਜੀ ਗੱਲ ਕਿ ਸਾਡੇ ਤੋਂ ਅੱਛਾ ਕੋਈ ਦੂਜਾ ਕਰ ਨਹੀਂ ਸਕਦਾ ਕਿਉਂਕਿ ਜਿਹੜਾ ਨਾਰਥ ਪੋਲ ਦੇ ਉੱਤੇ ਜਿਹੜਾ ਸਾਊਥ ਪੋਲ ਦੇ ਉੱਤੇ ਜਿਹੜਾ ਮੂਨ ਮਿਸ਼ਨ ਗਿਆ ਹੈ ਉੱਥੇ ਉਹਨਾਂ ਨੇ ਟ੍ਰੇਸਿਸ ਜਿਹੜੀਆਂ ਲੰਬੀਆਂ ਬਲੈਕ ਪੈਚਸ ਜਿਹੜੇ ਉਹਨਾਂ ਨੇ ਆਇਡੈਂਟੀਫਾਈ ਕੀਤੇ ਆਪਣੇ ਆਪ ਵਿੱਚ ਇੱਕ ਬੜਾ ਵੱਡਾ ਇੱਕ ਮਾਈਲਸਟੋਨ ਹੈ ਬੜੀ ਇੱਕ ਜਿਹਨੂੰ ਕਹਿੰਦੇ ਗਰਾਉਂਡ ਬ੍ਰੇਕਿੰਗ ਰਿਸਰਚ ਇਸੇ ਤਰੀਕੇ ਨਾਲ ਅਗਰ ਤੁਸੀਂ ਆਪਣੇ ਆਪ ਨੂੰ ਗਲੋਬਲ ਲੈਵਲ ਗਲੋਬਲ ਲੈਵਲ ਦੇ ਉੱਤੇ ਪ੍ਰੋਜੈਕਟ ਕਰੋ ਕਿ ਟੈਕਨੋਲੋਜੀ ਰਿਸਰਚ ਐਂਡ ਡਿਵੈਲਪਮੈਂਟ ਸਾਡੇ ਤੋਂ ਅੱਛੀ ਔਰ ਸਾਡੇ ਤੋਂ ਸਸਤੀ ਕੋਈ ਨਹੀਂ ਕਰ ਸਕਦਾ ਤੇ ਤੁਸੀਂ ਮੰਨ ਮੰਨ ਕੇ ਚੱਲੋ ਕਿ ਆ ਜਾਪਾਨ ਹੋਏ ਜਰਮਨੀ ਹੋਏ ਫਰਾਂਸ ਹੋਏ ਯੂਕੇ ਹੋਏ ਫਰਦਰ ਮੈਟਰ ਹੋਏ ਰਸ਼ੀਆ ਹੋਏ ਚਾਈਨਾ ਹੋਏ ਇਨ ਇਨਾਂ ਨੇ ਆਫ ਕੋਰਸ ਜਿਸ ਲਈ ਕੋਈ ਰਿਸਰਚ ਮਟੀਰੀਅਲ ਜਾਂ ਸਰਚ ਮੈਟਰ ਨੂੰ ਕੋਈ ਕਿਸੇ ਟੇਬਲ ਤੇ ਬੈਠ ਕੇ ਡਿਸਕਸ ਨਹੀਂ ਜਦਾ ਨੈਚੁਰਲੀ ਬਜਟ ਵੀ ਉਧਰ ਤੇ ਡਿਸਕਸ ਕੀਤਾ ਜਾਂਦਾ ਹੈ ਕਿ ਭਾਈ ਇਧਰ ਤੇ ਹੁਣ 4 ਬਿਲੀਅਨ ਲੱਗਣਗੇ 2 ਬਿਲੀਅਨ ਲੱਗਣਗੇ ਪਰ ਸੱਡਨਲੀ ਹੋ ਸਕਦਾ ਕਿ ਉਸ ਟੇਬਲ ਤੇ ਕੋਈ ਇਹ ਵੀ ਕਵੇ ਕਿ ਇਹਨੂੰ ਆਊਟਸੋਰਸ ਕਿਉਂ ਨਹੀਂ ਕਰਦੇ ਅਸੀਂ ਇੰਡੀਆ ਨੂੰ ਇੰਡੀਆ ਨੂੰ ਹਾਫ ਪ੍ਰਾਈਸ ਤੇ ਕਰ ਦੇਗਾ ਤੇ ਮੇਰੇ ਕਹਿਣ ਦਾ ਮਤਲਬ ਹੈ ਕਿ ਅਗਰ ਉਸ ਤਰ੍ਹਾਂ ਦੀ ਸੈਂਟੀਮੈਂਟਸ ਜਾਂ ਉਸਾਂ ਦੇ ਬਿਜ਼ਨਸ ਪ੍ਰੋਪੋਜ਼ਲਸ ਇੰਡੀਆ ਨੂੰ ਆਉਣ ਸ਼ੁਰੂ ਹੋ ਜਾਣਗੇ ਤਾਂ ਚੀਜ਼ਾਂ ਬੜੀਆਂ ਕਾਹਮ ਹੋਣਗੀਆਂ ਇੱਕ ਤਾਂ ਇਕਨੋਮੀ ਤੇ ਬਹੁਤ ਵੱਡਾ ਫਰਕ ਪਏਗਾ ਦੂਸਰਾ ਇੱਕ ਗਲੋਬਲ ਰਿਸਪੈਕਟ ਸਾਡੇ ਵਾਸਤੇ ਬੜੀ ਵੱਧ ਜਾਏਗੀ ਤੇ ਤੀਸਰਾ ਰੈਵਨਿਊ ਆਏਗਾ ਚੌਥਾ এমপ্লয়মেন্ট ਜਿਹੜਾ ਵੱਡਾ ਬੜਾ ਵੱਡਾ ਕੇਸ ਹੈ ਫਿਰ ਗੱਲ ਕੀ ਹੈ ਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਇੱਕ ਸਾਇੰਸ ਤਰੱਕੀ ਕਰੇਗੀ ਉਸ ਤਰ੍ਹਾਂ ਉਸ ਤਰ੍ਹਾਂ ਵੱਡੇ ਐਗਜ਼ਾਮਪਲਸ ਸਟੂਡੈਂਟ ਲੈਵਲ ਦੇ ਉੱਤੇ ਲੋਕਾਂ ਨੂੰ ਨੇ ਮਿਲਣਗੇ ਉਹ feel further motivated ਤੁਸੀਂ ਅੰਦਾਜ਼ਾ ਲਗਾਓ ਕਿ ਉਸੇ ਤਰੀਕੇ ਨਾਲ ਸਾਡੀ ਹੱਲੀ ਵੀ ਸਾਡੀ ਸਕੂਲਿੰਗ এডਿਕੇਸ਼ਨ ਵਰਡ ਵਿੱਚ ਵਨ ਆਫ ਦਾ ਬੈਸਟ ਹੈ ਪਰ ਉਹਦੇ ਬਾਵਜੂਦ ਵੀ ਅਗਰ ਇਹਨੂੰ ਥੋੜਾ ਹੋਰ ਬੈਟਰ ਕਰਨਾ ਹੈ ਤੁਸੀਂ ਅੰਦਾਜ਼ਾ ਲਗਾਓ ਕਿ ਸਸੀ ਟੈਕਨੋਲੋਜੀ ਔਰ ਸਾਇੰਸ ਪੂਲ ਵਿੱਚ ਲੱਖਾਂ ਲੋਕ ਹਰ ਸਾਲ ਬੇਚ ਸਕਦੇ ਹੋ ਡਵੈਲਪ ਕਰ ਸਕਦੇ ਹੋ ਅਗਰ ਕੁਛ ਨਾ ਕਰੇ ਅਗਰ ਇੰਡੀਆ ਛੱਡ ਕੇ ਵੀ ਕੋਈ ਬੰਦਾ ਨਾ ਜਾਣਾ ਚਾਹੇ ਤੇ ਆਊਟਸੋਰਸ ਜਿਸ ਤਰ੍ਹਾਂ ਇਨਫੋਰਮੇਸ਼ਨ ਟੈਕਨੋਲੋਜੀ ਜਿਸੀਂ ਦੇਖਿਆ ਪਿਛਲੇ ਕਈ ਸਾਲਾ ਤੋਂ ਇਸਨ ਸਾਇੰਸ ਐਂਡ ਟੈਕਨੋਲੋਜੀ ਚ ਅਗਰ ਆਊਟਸੋਰਸਿੰਗ ਸ਼ੁਰੂ ਹੋ ਜਾਏ ਰਿਸਰਚ ਐਂਡ ਡਿਵੈਲਪਮੈਂਟ ਸੈਂਟਰਸ ਆ ਨਾਸਾ ਦੇ ਹੋਣ ਜਾਂ ਇੱਕ ਜਨਰਲ ਇਲੈਕਟ੍ਰਿਕ ਦੇ ਹੋਣ ਜਾਂ ਬੈਕਟੈਲ ਦੇ ਹੋਣ ਜਾਂ ਕੋ ਵੱਡੇ ਵੱਡੇ ਜਿਹੜੀ ਫੋਰਚਨ 5 ਫੋਰਚਨ 10 ਕੰਪਨੀਆਂ ਉਹ ਆਪਣੇ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਸਿਰਫ ਇੰਡੀਆ ਕੋਲਨ ਕਿਉਂਕਿ ਉੱਥੇ ਤੁਹਾਡੇ ਕੋਲ ਇੱਕ ਜਿਹੜਾ ਟੈਲੈਂਟ ਪੂਲ ਹੈ ਅਫੋਰਡੇਬਲ ਮਿਲਦਾ ਤੁਸੀਂ ਇੱਕ 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 ਸਾਇੰਟਿਸਟ ਜਗਾ ਚਾਰ ਰੱਖਦੇ ਹੋ ਉਸੇ ਕੋਸਟ 'ਚ ਹੀ ਤੇ এমਪਲੋਇਮੈਂਟ ਵੀ ਦੀ ਹੋਏਗੀ ਇੱਕ ਖਾਸ ਕਿਸਮ ਦਾ ਪ੍ਰੈਜ਼ੈਂਟੇਬਿਲਟੀ ਹੋਏਗੀ ਇੱਕ ਕ੍ਰੈਡੀਬਿਲਟੀ ਹੋਏਗੀ ਤੇ ਵਰਡ ਚ ਅਸੀਂ ਮੈਨ ਲੱਗਦਾ ਕਿ ਅਸੀਂ ਬਹੁਤ ਜਲਦੀ ਟਾਪ 1 অর 2 ਪੋਜੀਸ਼ਨ ਚ ਆ ਜਾਈਏ ਔਰ ਇੰਡੀਆ ਇਜ਼ ਅ ਯੰਗ ਕੰਟਰੀ ਔਰ ਇੰਡੀਆ ਚ ਜਿਹੜਾ ਯੂਥ ਹੈ ਜਿਹੜਾ ਕਿ ਐਜੂਕੇਟਿਡ ਯੂਥ ਹੈ ਉਹਨਾਂ ਦਾ ਇੱਕ ਵਿਜ਼ਨ ਹੈ ਇੱਕ ਸੁਪਨਾ ਹੈ ਕਿ ਅਸੀਂ ਵੀ ਨੈਕਸਟ ਸਟੈਪ ਤੇ ਪਹੁੰਚੀਏ ਔਰ ਉਹਦੇ ਉੱਪਰ ਹੀ ਇੰਡੀਆ ਮੇਰੇ ਖਿਆਲ ਚੱਲ ਰਿਹਾ ਹੈ ਬਿਲਕੁਲ ਜੀ ਬਿਲਕੁਲ ਕਿਉਂਕਿ ਜਦੋਂ ਜਿਵੇਂ ਅਫੋਰਡੇਬਿਲਟੀ ਹੁੰਦੀ ਹੈ ਨਾ ਹੁਣ ਦੇਖੋ ਇਸ ਵਕਤ ਸਭ ਕੋਲ ਦੇਖੋ 50 ਬਲਾਸਟ ਪ੍ਰੋਗਰਾਮ ਇਸ ਦੱਸਿਆ ਸੀ ਕਿ 50 ਕਮ ਸੇ ਕਮ ਇਹੋ ਜਿਹੇ ਲਾਰਜ ਆ ਕੰਪਨੀਆਂ ਆ ਗਿਆ ਉਹਨਾਂ ਚ ਕਈ ਤੇ ਸਿਰਫ 20 ਸਾਲ ਤੋਂ ਸਿਰਫ ਇਸਰੋ ਵਾਸਤੇ ਹੀ ਕੰਮ ਕਰ ਰਹੀਆਂ ਠੀਕ ਹੈ ਉਹਨਾਂ ਦਾ ਮਕਸਦ ਤੇ ਕੋਈ ਬਹੁਤ ਵੱਡੇ ਗਲਾਮਰ ਜਾਂ ਬਹੁਤ ਵੱਡੇ ਰੈਵਨਿਊ ਨੂੰ ਕ੍ਰੀਏਟ ਜਨਰੇਟ ਕਰਨਾ ਨਹੀਂ ਕਿਉਂਕਿ ਉਹ ਬਹੁਤ ਜ਼ਿਆਦਾ ਮਿਸ਼ਨ ओरिएंटेड ਹਨ ਉਹ ਇਸਰੋ ਨਾਲ ਕੰਮ ਕਰ ਰਹੇ ਹਨ ਤਾਂ ਬੜੇ ਖੁਸ਼ ਹਾਂਗੇ। ਮੇਰੇ ਖਿਆਲ ਦੁਨੀਆ 'ਚ ਸਭ ਤੋਂ ਜ਼ਿਆਦਾ ਸਟਾਰਟਅੱਪਸ ਵੀ ਮੇਰੇ ਖਿਆਲ ਇੰਡੀਆ 'ਚ ਸਟਾਰਟ ਹੋਈ ਹੈ। ਬਿਲਕੁਲ ਜੀ ਜੰਮਾ ਨੂੰ ਟਾਈਮ ਹੋ ਰਿਹਾ ਜ਼ਰਾ ਜ਼ਤ ਨਹੀਂ ਦੇ ਰਿਹਾ। ਸੋਲਰ ਮਿਸ਼ਨ ਤੇ ਗੱਲਬਾਤ ਕੀਤੀ ਅਦਿੱਤਿ ਐਲ1 ਤੇ ਜਿੱਦਾਂ ਇਹਦੀ ਪ੍ਰੋਸੀਡਿੰਗਸ ਜਾਂ ਚੰ드ਰਿਆਨ 3 ਦੀ ਪ੍ਰੋਸੀਡਿੰਗਸ ਅੱਗੇ ਵਧੂਗੀਆਂ ਜੋ-ਜੋ ਰਿਸਰਚ ਉੱਥੋਂ ਨਿਕਲ ਕੇ ਆਊਗੀਆਂ ਫਿਰ ਉਹਦੇ ਉੱਪਰ ਤੁਹਾਨੂੰ ਇਨਵਾਈਟ ਕਰਾਂਗੇ ਤੇ ਗੱਲਬਾਤ ਕਰਾਂਗੇ। ਮੇਰਾ ਸੁਭਾਗੇ थैंक यू वेरी मच फॉर ਕਾਲਿੰਗ ਮੀ ਓਵਰ। ਥੈਂਕ ਯੂ ਥੈਂਕਸ ਫॉर ਹੈਵਿੰਗ ਥੈਂਕ ਯੂ ਜੀ ਸੋ ਮੂਨ ਮਿਸ਼ਨ ਦੇ ਬਾਅਦ ਅਸੀਂ ਅੱਜ ਗੱਲ ਕਰਤੀ ਸੋਲਰ ਮਿਸ਼ਨ ਤੇ ਅਸੀਂ ਇਹਦੇ ਤੇ ਜੋ ਵੀ ਆਰ ਐਂਡ ਡੀ ਰਿਸਰਚ ਨਿਕਲ ਕੇ ਉੱਥੋਂ ਆਏਗੀ ਸਪੇਸ ਚੋਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਉਮੀਦ ਹੈ ਪ੍ਰੋਗਰਾਮ ਅੱਛਾ ਲੱਗਾ ਹੋਵੇਗਾ ਦੇਖਦੇ ਰਹੋ ਪ੍ਰਾਈਮ ਏਸ਼ੀਆ ਤੁਹਾਡਾ ਆਪਣਾ ਤੁਹਾਡੇ ਲਈ